ਕਿਸਾਨ ਯੂਨੀਅਨ ਦਾ ਪ੍ਰਦਰਸ਼ਨ ਅੱਜ ਉਗਰ ਰੂਪ ਧਾਰਨ ਕਰ ਗਿਆ। ਕਈ ਕਿਸਾਨ ਸਲਫਾਸ ਦੀਆਂ ਗੋਲੀਆਂ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ SDM ਦਫ਼ਤਰ ਦੀ ਛੱਤ ਦੇ ਉੱਪਰ ਜਾ ਚੜ੍ਹੇ। ਉਹਨਾਂ ਕਿਹਾ ਕਿ ਅਸੀਂ ਉਦੋਂ ਤੱਕ ਨਹੀਂ ਉਤਰਾਂਗੇ ਜਦੋਂ ਤੱਕ ਸਾਨੂੰ ਗੰਨੇ ਦੀ ਬਕਾਇਆ ਪੇਮੈਂਟ ਨਹੀਂ ਮਿਲਦੀ। ਪ੍ਰਸ਼ਾਸਨ ਉਹਨਾਂ ਨੂੰ ਉਤਾਰਨ ਦੇ ਵਿੱਚ ਨਾਕਾਮਯਾਬ ਨਜ਼ਰ ਆ ਰਿਹਾ ਹੈ। ਤੂਰੀ ਤੋਂ ਹਰਸ਼ ਕੌਸ਼ਲ, ਆਜ਼ਾਦ ਟੀਵੀ। ਇਹ ਧਰਨਾ ਜਿਹੜਾ ਲੱਗਿਆ ਹੋਇਆ ਜੀ, ਪ੍ਰਸ਼ਾਸਨ ਨੇ ਇਸ ਵੇਲੇ ਵੀ ਇਹਨਾਂ ਨੂੰ ਪੈਸੇ ਦਵਾਉਣ ਦੇ ਲਈ ਬੈਂਕਾਂ ਤੱਕ ਵੀ ਜਿਹੜੀ ਭੱਜ ਨੱਠ ਹੈ, ਜਿਹੜਾ ਕਿ ਆਰਡੀਨਰਲੀ ਸਾਡੇ ਕੋਲ ਇਹਦੇ ਵਿੱਚ 3 ਹੀ ਪ੍ਰੋਵੀਜ਼ਨਸ ਹੁੰਦੀਆਂ ਜਦੋਂ ਇੱਦਾਂ ਦੀ ਕੋਈ ਵਾਇਲੇਸ਼ਨ ਹੁੰਦੀ ਹੈ ਕਿ ਪ੍ਰਾਈਵੇਟ ਏਜੰਸੀ ਹੈ, ਪ੍ਰਾਈਵੇਟ ਲੋਕਾਂ ਦੇ ਪੈਸੇ ਦੇਣੇ ਉਹਨਾਂ ਨੇ, ਤੋ ਅਸੀਂ ਤਾਂ ਇਹਦੇ ਵਿੱਚ ਏਰੀਅਰ ਆਫ ਲੈਂਡ ਰੈਵਨਿਊ ਡਿਕਲੇਅਰ ਕਰਕੇ ਇਹਦੇ ਵਿੱਚ ਰਿਕਵਰੀ ਕਰ ਸਕਦੇ ਹਾਂ, ਜਾਂ ਫਿਰ ਮਿਲ ਮਾਲਕ ਦੇ ਉੱਤੇ FIR ਲੌਂਚ ਕਰ ਸਕਦੇ ਹਾਂ, ਜਾਂ ਫਿਰ ਸਿਵਲ ਕੋਰਟ ਦੇ ਵਿੱਚ ਉਹ ਪ੍ਰੋਪਰਟੀ ਅਟੈਚ ਕਰ ਲੈਣ, ਅਸੀਂ ਉਹਦੇ ਵਿੱਚ ਕੁਰਕੀ ਨਿਲਾਮੀ ਕਰ ਸਕਦੇ ਹਾਂ। ਉਹਦੇ ਬਾਵਜੂਦ ਕਿਉਂਕਿ ਐਡਮਿਨਿਸਟ੍ਰੇਸ਼ਨ ਦਾ ਪੱਖ ਜਿਹੜਾ ਹੈਗਾ ਕਿਸਾਨਾਂ ਪ੍ਰਤੀ ਨਰਮ ਹੈ ਬਹੁਤ, ਔਰ ਡੀ ਸਾਹਿਬ ਵੀ ਔਰ ਸਮੂਹ ਐਡਮਿਨਿਸਟ੍ਰੇਸ਼ਨ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੀ ਹੈ, ਇਹਨਾਂ ਨੂੰ ਐਕਚੁਅਲੀ ਜਿਹੜਾ ਇਹਨਾਂ ਦਾ ਫਾਇਦਾ ਪੈਸੇ ਮਿਲਣ ਨਾਲ ਹੋਣਾ, ਉਸ ਕੰਮ 'ਚ ਲੱਗੇ ਹੋਏ ਹਾਂ ਅਸੀਂ।